ਦਿਨ ਬਦਨ ਹੋ ਰਹੇ ਬਿਆਦਵੀ ਕਾਰਨ ਸਬੰਧੀ ਗੱਲਬਾਤ ਕਰਦਿਆਂ ਬੀਬੀ ਜਗੀਰ ਕਰਨ ਨੇ ਕਿਹਾ ਕਿ ਸ਼੍ਰਮਣੀ ਕਮੇਟੀ ਵੱਲੋਂ ਹਮੇਸ਼ਾ ਹੀ ਸੰਗਤਾਂ ਨੂੰ اپیل ਕੀਤੀ ਅੰਧੇ ਕੇ ਸੇਵਾ ਸਮਰਸਤ ਹੋ ਕੇ ਕਰਨ ਕਿਉਂਕਿ ਕੁਝ ਸ਼ਰਾਰਤੀ ਦਤਾਵਲੋ ਇਹੋ ਜਈਆਂ ਬਿਆਦਵੀਆਂ ਕਰਕੇ ਸੰਗਤਾਂ ਦੇ ਹਿਰਦਿਆਂ ਨੂੰ ਪੀੜਾ ਦਿੱਤੀ ਜਾਂਦੀ ਹੈ ਅਤੇ ਉਹ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਪਿੰਡ ਤਰਖਾਨਵਾਜੜਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲਾ ਇੱਕ ਬੰਦਾ ਕਾਰ ਵਿੱਚ ਆ ਕੇ ਅੰਗ ਕਤਲ ਕਰਕੇ ਬੇਅਦਬੀ ਕਰਕੇ ਚਲਾ ਜਾਵੇ ਅਦੇ ਸੰਗਤਾਂ ਵੱਲੋਂ ਉਸ ਨੂੰ ਫੜ ਕੇ ਪੁਲਿਸ ਤੇ ਹਵਾਲੇ ਵੀ ਕੀਤਾ ਗਿਆ ਪਰ 4 ਦਿਨ ਬਾਅਦ ਵੀ ਪੁਲਿਸ ਇਸ ਨੂੰ ਸੁਲਝਾ ਨਹੀਂ ਪਾਈ ਕਿ ਇਹ ਬੇਅਦਬੀ ਕਿਉਂ ਤੇ ਕਿਸ ਦੇ ਕਹਿਣ ਤੇ ਹੋਈ ਹੈ ਜਦੋਂ ਵੀ ਇਹ ਚੋਣਾ ਲੱਗ ਗਿਆ ਹੁੰਦਿਆਂ ਨੇ ਉਦੋਂ ਇਹ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਰਤਾਰਪੁਰ ਲਾਂਘੇ ਲੈ ਕੇ ਉਹਨਾਂ ਨੇ ਕਿਹਾ ਕਿ ਜਿੱਥੇ ਸਾਰੇ ਧਾਰਮਿਕ ਸਥਾਨ ਖੁੱਲ ਗਏ ਨੇ ਉੱਥੇ ਕਰਤਾਰਪੁਰ ਲਾਂਘੇ ਨੂੰ ਵੀ ਜਲ ਕਿਨੇ ਸਰਕਾਰ ਵੱਲੋਂ ਐਜੀਪੀਸੀ ਦੇ ਚੋਣ ਕਰਾਉਣ ਵਾਸਤੇ ਸਟੋਨ ਰਿਜ਼ਰਵ ਲਾਇਆ ਗਿਆ ਠੀਕ ਕਿਹਾ ਜਾਂਦਾ ਹੈ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੀ ਬਾਕੀ ਚੋਣਾਂ ਜਿਹਾ ਇੱਕ ਸਿਸਟਮ ਹੈ ਔਰ ਇਹ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੋਣ ਦੇ ਵਿੱਚ ਆਈ ਸੀ ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ بڑے ਮੋਰਚੇ ਲੱਗੇ ਨਨਕਾਣਾ ਸਾਹਿਬ ਦਾ ਮੋਰਚਾ ਗੁਰੂਕੇ ਬਾਗ ਦਾ ਮੋਰਚਾ ਚਾਬੀਆਂ ਦਾ ਮੋਰਚਾ ਬਹੁਤ ਵੱਡੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਹੋਈਆਂ ਤਾਂ ਕਿਤੇ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ 1920 ਦੇ ਵਿੱਚ ਨਾਮਜ਼ਦ ਕੀਤੀ ਗਈ ਸੀ ਤੇ ਉਹਨੂੰ ਸਰਕਾਰੀ ਤੌਰ ਦੇ ਉੱਤੇ ਗਵਰਨਮੈਂਟ ਜਿਹੜੀ ਅੰਗਰੇਜ਼ਾਂ ਦੀ ਸਰਕਾਰ ਸੀ ਉਸ ਵੇਲੇ ਅੰਗਰੇਜ਼ਾਂ ਵੱਲੋਂ 1925 ਦਾ ਐਕਟ ਜਿਹੜਾ ਸਰਕਾਰੀ ਤੌਰ ਦੇ ਉੱਤੇ ਕਾਨੂੰਨੀ ਤੌਰ ਤੇ ਸਾਨੂੰ ਪ੍ਰਾਪਤ ਹੋ ਗਿਆ ਔਰ 1925 ਦੇ ਐਕਟ ਦੇ ਅਨੁਸਾਰ ਹਰ 5 ਸਾਲ ਬਾਅਦ ਚੋਣਾਂ ਹੋਣੀਆਂ ਲਾਜ਼ਮੀ ਐ ਹਰ 5 ਸਾਲ ਬਾਅਦ ਚਲੋ ਦੇਸ਼ਾਂ ਦੀ ਵੰਡ ਹੋ ਗਈ ਦੇਸ਼ਾਂ ਦੀ ਵੰਡ ਤੋਂ ਬਾਅਦ ਜਦੋਂ ਸਨ 55 ਦੇ ਵਿੱਚ ਚੋਣ ਹੋਈ ਉਦੋਂ ਪੰਜਾਬ ਸਰਕਾਰ ਜਿਹੜੀ ਵੱਡਾ ਪੰਜਾਬ ਸੀ ਉਸ ਵੱਡੇ ਪੰਜਾਬ ਨੇ ਪੰਜਾਬ ਸਰਕਾਰ ਨੇ ਐਕਟ ਐਕਟ ਦੇ ਅਨੁਸਾਰ ਚੋਣ ਕਰਾਈ 1955 ਦੇ ਵਿੱਚ ਪਹਿਲੀ ਚੋਣ ਦੂਜੀ ਚੋਣ ਹੋਈ 1960 ਦੇ ਵਿੱਚ ਤੀਜੀ ਚੋਣ ਹੋਈ 1969 ਦੇ ਵਿੱਚ ਇਹਦਾ ਮਤਲਬ ਕਿ ਜਦੋਂ ਪੰਜਾਬ ਸਰਕਾਰ ਸੀ ਪੰਜਾਬ ਚੋਣ ਕਰਾਉਂਦਾ ਸੀ ਉਦੋਂ ਸੀ 35 ਸਾਲਾਂ ਬਾਅਦ ਚੋਣ ਹੋ ਜਾਂਦੀ ਸੀ ਪਰ ਅਫਸੋਸ ਦੀ ਗੱਲ ਹੈ ਜਦੋਂ 1966 ਦੇ ਵਿੱਚ ਰੀਆਰਗੇਨਾਈਜੇਸ਼ਨ ਹੋਈ ਸਟੇਟਾਂ ਵੱਖ ਹੋ ਗਈਆਂ ਹਰਿਆਣਾ ਵੱਖ ਹੋ ਗਿਆ ਹਿਮਾਚਲ ਵੱਖ ਹੋ ਗਿਆ ਚੰਡੀਗੜ੍ਹ ਯੂਟੀ ਬਣ ਗਈ ਪੰਜਾਬ ਸਟੇਟ ਬਣ ਗਈ ਹੁਣ ਬੱਸ ਵੀ ਤੁਹਾਡੀ ਹੋ ਜਾਂਦੀ ਫਟਾਫਟ ਵਿੱਚ ਜਦੋਂ ਜਦੋਂ ਬਣ ਗਿਆ ਤੇ ਫਿਰ ਸੈਂਟਰ ਕੋ ਚਲ ਗਈ ਚੋਣ ਜੋ ਸੈਂਟਰ ਕੋ ਚੋਣ ਚਲ ਗਈ ਤੇ ਉਹ ਚੋਣ ਉਹਨਾਂ ਨੇ 65 ਤੋਂ ਬਾਅਦ 79 ਚ ਕਰਾਈ 14 ਸਾਲਾਂ ਬਾਅਦ ਫਿਰ 96 ਚ ਕਰਾਈ 17 ਸਾਲਾਂ ਬਾਅਦ ਫਿਰ 4 ਚ ਕਰਾਈ 8 ਸਾਲਾਂ ਬਾਅਦ ਫਿਰ 11 ਚ ਕਰਾਈ 7 ਸਾਲਾਂ ਬਾਅਦ ਤੇ ਹੁਣ ਫਿਰ 10 ਸਾਲਾਂ ਬਾਅਦ ਕਰਾਉਣਗੇ ਇਹ ਕੋਈ ਨਵੀਂ ਗੱਲ ਹੈ ਸੈਂਟਰ ਨੇ ਡਿਲੇ ਕਰਦੇ ਰਹੇ ਨੇ ਲੇਕਿਨ ਟੁਕਣ ਤੋਂ ਬਾਅਦ ਅਨਾਉਂਸ ਕੀਤਾ ਗਿਆ ਵੀ ਦੇਖੋ ਜੀ ਸੈਂਟਰ ਨੇ ਸਦਾ ਸ਼੍ਰੋਮਣੀ ਕਮੇਟੀ ਨਾਲ ਹੀ ਸਿੱਖਾਂ ਦਾ ਤਾਂ ਕਹੀ ਕੀਤੀ ਹੈ ਸਾਡੇ ਐਕਟ ਨੂੰ ਲੀਰੋ-ਲੀਰ ਕੀਤਾ ਸਾਡੇ ਐਕਟ ਵਿੱਚ ਇਹਨਾਂ ਨੇ ਤਰਮੀਮਾਂ ਜੇ ਕਰਨੀਆਂ ਹੋਣ ਤੇ ਜਨਰਲ ਹਾਊਸ ਕਰਦਾ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਤਰਮੀਮ ਕਰਨੀ ਹੋਵੇ ਇਹ ਨਹੀਂ ਕਰ ਸਕਦੇ 5 ਸਾਲ ਤੋਂ ਬਾਅਦ ਚੋਣ ਹੋਣੀ ਹੋਣੀ ਹੈ ਇਸ ਕਰਕੇ ਮੈਂ ਸਮਝਦੀ ਇਹ ਸ਼੍ਰੋਮਣੀ ਕਮੇਟੀ ਦੀ ਇਹ ਬਦਕਿਸਮਤੀ ਹੈ ਕਿ ਟਾਈਮ ਨਾਲ ਚੋਣਾਂ ਸੈਟਰ ਨਹੀਂ ਕਰਾਉਂਦਾ ਤਾਂ ਸੈਟਰ ੱਟਕੇ ਕਰਦਾ ਸ਼ੁਕਰ ਹੈ ਕਿ ਤੇ ਕਰਾਉਣੇ ਸੀ ਵੈਲਕਮ ਕਰਦੇ ਆ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਯਾਰ ਹੋ ਰਹੀ ਹੈ ਦਖਲਅੰਦਾਜ਼ੀ ਕੀ ਕੇਂਦਰ ਸਰਕਾਰ ਤੇ ਸਾਨੂੰ ਖਤਮ ਕਰਨਾ ਚਾਹੁੰਦੀ ਹੈ ਜੀ ਹਾਂ ਜੀ ਜੀ ਅੱਜ ਆਪਣੇ بس ਗੁਰੂ ਸਾਹਿਬ ਬਖਸ਼ਿਸ਼ ਕਰਨ ਦੀ ਸਮੇਂ ਦੇ ਅੰਦਰ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਦੇ ਪਾਇਦਨ ਜਿਹੜੇ ਬਿਆਦਬੀਆਂ ਦੇ ਮਾਮਲੇ ਵਾਦੇ ਨੇ ਸ਼੍ਰੋਮਣੀ ਕਮੇਟੀ ਲੋਕੀ ਇਹ ਰਿਲੀਸਟ ਚੁੱਕੇ ਜਾਂਦੇ ਦੇਖੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੇ ਹਮੇਸ਼ਾ ਹੀ ਸੰਗਤਾਂ ਨੂੰ ਇਹ ਹੀ ਪ੍ਰਚਾਰ ਕਰਦੀ ਹੈ ਕਿ ਜਿਹੜੇ ਵੀ ਗੁਰਦੁਆਰੇ ਹਨ ਗੁਰਤਾਮ ਹਨ ਜਾਂ ਪਿੰਡਾਂ ਵਿੱਚ ਗੁਰਦੁਆਰੇ ਹੈ ਲੋਕਲ ਗੁਰਦੁਆਰੇ ਹੈ ਸਾਰੀਆਂ ਪ੍ਰੰਧਕ ਕਮੇਟੀਆਂ ਜਿਹੜੀਆਂ ਉਹਦੇ ਵਿੱਚ ਸੇਵਾ ਸੰਭਾਲ ਪੂਰੇ ਸੁਚੇਤ ਹੋ ਕੇ ਕਰਨ ਜਿੱਥੇ ਅਸੀਂ ਗ੍ਰੰਥੀ ਰੱਖਦੇ ਹਾਂ ਉਥੇ ਸੇਵਾ ਸੰਭਾਲ ਦੇ ਨਾਲ ਉਹਨਾਂ ਨੂੰ ਸੇਵਾਦਾਰ ਵੀ ਨਿਯੁਕਤ ਕਰਨੀ ਚਾਹੀਦੀ ਹੈ ਪਿੰਡਾਂ 'ਚ ਅਸੀਂ ਦਰਵਾਜ਼ੇ ਲਾ ਦਨੇ ਆ ਜੰਦਰੇ ਲਾ ਦਨੇ ਆ ਤੇ ਕੋਈ ਸ਼ਰਾਰਤੀ ਹੁੰਦੇ ਆ ਤੇ ਆ ਕੇ ਨੁਕਸਾਨ ਕਰਦੇ ਆ ਫਿਰ ਜਿਹੜੀ ਮਾਨਸਿਕ ਪੀੜਾ ਹਰ ਸਿੱਖ ਨੂੰ ਹੁੰਦੀ ਹੈ ਹਰ ਸ਼ਰਦਾਲੂ ਨੂੰ ਹੁੰਦੀ ਹੈ ਹਰ ਨਾਨਕ ਨਾਮ ਨੀਵਾ ਨੂੰ ਹੁੰਦੀ ਹੈ ਮੇਰੇ ਖਿਆਲ ਉਹਦੀ ਅਸੀਂ ਕੋਈ ਬਿੰਤੀ ਗੰਤੀ ਨਹੀਂ ਕਰ ਸਕਦੇ ਜੋ ਪੀੜਾ ਇਹ ਦਰਦ ਇਹਨੂੰ ਅਸੀਂ ਕੋਈ ਵੀ ਕਿਸੇ ਤਰੀਕੇ ਨਾਲ ਵਰਣਨ ਨਹੀਂ ਕਰ ਸਕਦੇ ਕਿ ਐਡਾ ਵੱਡਾ ਮਨ ਉਤੇ ਕ੍ਰੇਸ਼ ਹੁੰਦਾ ਹੈ ਕਿ ਏ ਸੱਚੇ ਬਾਦਸ਼ਾਹ ਉਹ ਇਹ ਜੀਵ ਪੈਦਾ ਕੀਤੇ ਸੀਗੇ ਕਿ ਤੇਰੇ ਦਰ ਦੀ ਸੇਵਾ ਕਰ ਸਕਣ ਤੇਰੇ ਦਰ ਦਾ ਹੁਕਮ ਮੰਨ ਸਕਣ ਤੇਨੂੰ ਨਮਸਕਾਰ ਕਰ ਸਕਣ ਤੇਰੇ ਇੱਕ ਇੱਕ ਬਚਨ ਦੇ ਉੱਤੇ ਫੁੱਲ ਚੜਾ ਸਕਣ ਤੇ ਅੱਜ ਇਹ ਜਿਹੜੇ ਸੰਸਾਰ ਦੇ ਗਲਤ ਲੋਕ ਗਲਤ ਰਸਤੇ ਤੇ ਕਿਉਂ ਚੱਲ ਪਏ ਆ ਇਹ ਜਿਹੜੀ ਪੀੜਾ ਇਹ ਕਿਸੇ ਕੋਲੋਂ ਮਿਣੀ ਨਹੀਂ ਜਾ ਸਕਦੀ ਜਿਹੜਾ ਪਿੰਡ ਜੱਲਾ ਵਿਖੇ ਤਰਖਾਨ ਮਾਜਰਾ ਚ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੈਂ ਇੱਕ ਦੇਖਿਆ ਕਿ ਉਹ ਤੇ ਬੜੀ ਜਿੱਦਾਂ ਸੋਚੀ ਸਮਝੀ ਸੋਚੀ ਸਮਝੀ ਜਿਹੜੀ ਸੀ ਨਾ ਉਹ ਹਰਕਤ ਹੈ ਸੋਚੀ ਸਮਝੀ ਹਰਕਤ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਇੱਕ ਇੱਕ ਵਿਅਕਤੀ ਗੱਡੀ ਵਿੱਚ ਆਉਂਦਾ ਹੈ ਕਾਰ ਵਿੱਚ ਆਉਂਦਾ ਹੈ ਤੇ ਉਹ ਗੁਰਦੁਆਰਾ ਸਾਹਿਬ ਚ ਜਾ ਕੇ ਤੇ ਉੱਥੇ ਬਦਵੀ ਕਰਕੇ ਜਾਂ ਗੁਰੂ ਸਾਹਿਬ ਜੀ ਦੇ ਅੰਗ ਜੜੇ ਕਤਲ ਕਰਕੇ ਚਲਾ ਜਾਂਦਾ ਹੈ ਚਲੋ ਸੰਗਤਾਂ ਨੇ ਪਕੜ ਲਿਆ ਉਹਨੂੰ ਕੁੱਟਿਆ ਮਾਰਿਆ ਇਹ ਤੇ ਆਪਣਾ ਰੋਸ ਹੀ ਕੱਢ ਸਕਦੇ ਨਾ ਗੁੱਸਾ ਹੀ ਕੱਢ ਸਕਦੇ ਆ ਪੁਲਿਸ ਲੈ ਗਈ ਹੈ ਔਰ ਦੁੱਖ ਦੀ ਗੱਲ ਇਹ ਹੈ ਕਿ 3 ਦਿਨ 4 ਦਿਨ ਹੋ ਗਏ ਐ ਤੇ ਇੰਨੀ ਐਫੀਸ਼ੀਐਂਟ ਪੰਜਾਬ ਪੁਲਿਸ ਹੋਵੇ ਤੇ ਪੰਜਾਬ ਪੁਲਿਸ ਦੇ ਅੱਜ ਤਿੰਨਾ 14 ਦਿਨਾਂ ਵਿੱਚ ਅਜੇ ਤੱਕ ਉਹ ਇਹ ਨਹੀਂ ਕੱਢ ਸਕੇ ਕਿ ਇਹ ਕੀ ਕਿਸ ਦੀ ਸ਼ਰਾਰਤ ਹੈ ਤੇ ਕਿਸ ਵੱਲੋਂ ਇਹ ਸਾਰੇ ਕਾਰਾ ਜਿਹੜਾ ਕਰਵਾਇਆ ਗਿਆ ਇਹ ਜ਼ਰੂਰ ਸਾਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਦੀ ਚਾਲ ਹੋਵੇਗੀ ਕਿਉਂਕਿ ਜਦੋਂ ਵੀ ਕਦੀ ਇਹੋ ਜਿਹੇ ਇਹ ਦਿਹਾੜੇ ਹੁੰਦੇ ਆ ਆ ਪਿਛਲੀ ਵਾਰ ਵੀ 2016 ਦੇ ਵਿੱਚ ਵੀ ਇਸ ਤਰ੍ਹਾਂ ਦੇ ਕੰਮ ਹੋਏ ਸੀ ਜਦੋਂ ਨੇੜੇ 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 ਚੋਣਾ ਜੀ ਆ ਜਾਂਦੀਆਂ ਉਦੋਂ ਸ਼ਰਾਰਤੀ ਅੰਸਰ ਜਿਹੜੇ ਹੈ ਇਹੋ ਜੇ ਕੰਮ ਕਰਦੇ ਸੋ ਨਾਲੇ ਅੱਜ ਅਸੀਂ ਦੇਖਦੇ ਆ ਕਿ ਸਰਕਾਰ ਕਾਂਗਰਸ ਦੀ ਹੈ ਜਿੱਥੇ ਕਾਂਗਰਸ ਦੀ ਸਰਕਾਰ ਅੱਜ ਹੋਰ ਵੀ ਸਾਰੀਆਂ ਬੜੀਆਂ ਸ਼ਰਾਰਤਾਂ ਹੋ ਰਹੀਆਂ ਕਿਸੇ ਪਾਸੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਸਮਝਦੀ ਆ ਕਿ ਇਹ ਵੀ ਨਲਾਇਕੀ ਹੈ ਇੱਕ ਪੰਜਾਬ ਸਰਕਾਰ ਦੀ ਪੁਲਿਸ ਦੀ ਕਿ ਇੰਨੇ ਦਿਨਾਂ ਵਿੱਚ ਇੱਕ ਵਿਅਕਤੀ ਕੋਈ ਇਹ ਨਾ ਪੁੱਛ ਕੇ ਚੋ ਸਕੇ ਪੀਓ ਕਿੱਥੋਂ ਆਇਆ ਕਿੱਦਾਂ ਆਇਆ ਕਿਹਨੇ ਭੇਜਿਆ ਕਿਹਨੇ ਸ਼ਰਾਰਤ ਕਰਾਈਏ ਸੋ ਇੰਨੇ ਲੋਕਾਂ ਦਾ ਜਿਹੜਾ ਅੱਜ ਪੀੜਾ ਹੋਈ ਹੈ ਮੈਂ ਸਮਝਦੀ ਆ ਇਹ ਦੱਸੀ ਨਹੀਂ ਜਾ ਸਕਦੀ ਗੁਰੂ ਕਿਰਪਾ ਕਰੇ ਸਮਰੱਥੀ ਸਮਾਤੀ ਬਖਸ਼ੇ ਕਿ ਉਹ ਸਮਰੱਥ ਗੁਰੂ ਜਿਹੜਾ ਉਹ ਇਹੋ ਜਿਹੇ ਲੋਕਾਂ ਨੂੰ ਜਿਹੜੇ ਕੁਮਤ ਲੈ ਕੇ ਤੁਰੇ ਫਿਰਦੇ ਆ ਬੁੱਧੀ ਬਖਸ਼ਿਸ਼ ਕਰੇ ਸਮਤ ਬਖਸ਼ੇ ਕਰੇ ਕਿ ਉਹ ਮਨੁੱਖਾ ਜੀਵਨ ਜਿਹੜਾ ਲੈ ਕੇ ਆਏ ਆ ਇਹਨੂੰ ਕਿਤੇ ਚੰਗੇ ਪਾਸੇ ਲਾ ਸਕੀਂ ਸਰਕਾਰਪੁਰ ਲਾਂਗੇ ਨੂੰ ਪਾਕਿਸਤਾਨ ਸਰਕਾਰ ਵੱਲੋਂ ਵੀ ਮਨਜ਼ੂਰੀ ਦੇ ਦਿੱਤੀ ਗਈ ਆ ਭਾਰਤ ਸਰਕਾਰ ਵੱਲੋਂ ਵੀ ਦੇ ਦਿੱਤੀ ਗਈ ਆ ਦੇਖੋ ਤਕਲੀਫ ਇਸ ਗੱਲ ਦੀ ਹੈ ਕਿ ਪਹਿਲਾਂ ਤੇ 70 ਸਾਲ ਅਰਦਾਸਾ ਕਰ ਕਰਕੇ ਅਸੀਂ ਸ਼ੁਕਰ ਕੀਤਾ ਸੀਗਾ ਕਿ ਖੁੱਲ ਗਿਆ ਸੰਗਤਾਂ ਭਾਵੇਂ ਗਿਣਤੀ ਮਿੰਤੀ ਦੀਆਂ ਉੱਥੇ ਜਾਂਦੀਆਂ ਕੋਈ ਬਹੁਤ ਹਜ਼ਾਰਾਂ ਦੀ ਗਿਣਤੀ ਚ ਰੋਜ਼ ਨਹੀਂ ਜਾਂਦੀਆਂ ਸੀ ਜਾਂਦੀਆਂ ਵੀ ਬਹੁਤ ਥੋੜੀਆਂ ਸੀ ਚਲੋ ਇਹ ਨਾਮਰਦ ਬਿਮਾਰੀ ਕਰੋਨਾ ਵਰਗੀ ਆਈ ਇੱਕ ਸਰਕਾਰਾਂ ਨੂੰ ਮੌਕਾ ਮਿਲਿਆ ਕਿ ਕਿਸੇ ਤਰੀਕੇ ਨਾਲ ਬੰਦ ਕਰ ਦਿੱਤੇ ਪਰ ਜਦੋਂ ਹੁਣ ਸਾਰੇ ਗੁਰਦੁਆਰੇ ਖੁੱਲ ਗਏ ਆ ਸਾਰੇ ਸਥਾਨ ਖੁੱਲ ਗਏ ਐ ਇਵਨ ਪੰਜਾਬ ਚ ਵੀ ਹਿੰਦੁਸਤਾਨ ਚ ਵੀ ਬੱਸਾਂ ਵੀ ਖੁੱਲ ਗਈਆਂ ਸਕੂਲ ਵੀ ਖੁੱਲਣ ਤੇ ਆ ਗਏ ਐ ਤੇ ਫਿਰ ਜਦੋਂ ਸਾਰੇ ਲੋਕ ਹੁਣ ਵੱਡੇ ਵੱਡੇ ਇਕੱਠ ਵੀ ਹੋ ਰਹੇ ਐ ਧਰਨੇ ਵੀ ਹੋ ਰਹੇ ਐ ਮੁਜ਼ਾਹਰੇ ਵੀ ਹੋ ਰਹੇ ਐ ਇਵਨ ਮੀਟਿੰਗਾਂ ਵੀ ਹੋ ਰਹੀਆਂ ਤੇ ਫਿਰ ਆਪਰ ਹੁਣ ਚਿੰਤਾ ਕਾਦੀ ਐ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਆਪ ਲੈ ਕੇ ਤੁਰ ਰਿਹਾ ਆਪਣਾ ਪ੍ਰਬੰਧ ਆਪ ਕਰ ਰਿਹਾ ਆਪ ਸੁਚੇਤ ਐ ਕਿ ਅਸੀਂ ਇਸ ਬਿਮਾਰੀ ਤੋਂ ਕਿੱਦਾਂ ਬਚਣਾ ਤਾਂ ਮੈਂ ਸਮਝਦੀ ਹਾਂ ਕਿ ਇਹ ਭਾਰਤ ਸਰਕਾਰ ਨੂੰ ਤੁਰੰਤ ਸਟੈਪ ਚੁੱਕਣਾ ਚਾਹੀਦਾ ਹੈ ਔਰ ਖਾਸ ਕਰਕੇ 551ਵਾਂ ਸਾਲ ਇਹ ਜਿਹੜਾ ਹੁਣ ਆ ਰਿਹਾ ਹੈ ਪ੍ਰਕਾਸ਼ ਸਭੀ ਮਨਾਉਣਾ ਸੀ ਨਵੰਬਰ ਦੇ ਵਿੱਚ ਤੇ ਜੇ 550 ਸਾਲਾਂ ਤੇ ਖੋਲਿਆ ਸੀ ਦਰਸ਼ਨ ਕਰਨ ਸੰਗਤਾਂ ਗਈਆਂ ਸੀ ਤੇ ਇਸ 551ਵਾਂ ਸਾਲ ਵੀ ਤੇ ਉਸੇ ਤਰ੍ਹਾਂ ਦਾ ਹੀ ਹੈ ਨਾ ਗੁਰਨਾਨਕਤਾ ਕਰਤੇ ਉਹੀ ਹੈ ਜਿੱਥੋਂ ਸੁਨੇਹਾ ਲੈ ਕੇ ਜਾਣਾ ਅੱਜ ਕਿਸਾਨ ਸੰਘਰਸ਼ ਕਰ ਰਹੇ ਹੈ ਤੇ ਗੁਰਨਾਨਸਰ 28 ਸਾਲ ਕਿਸਾਨੀ ਕੀਤੀ ਉੱਥੇ 28 ਸਾਲ ਖੇਤੀ ਕੀਤੀ ਔਰ ਜਿੱਥੇ ਖੇਤੀ ਕਰਕੇ ਉਹਨਾਂ ਨੇ ਕੌਮ ਨੂੰ ਸੁਨੇਹਾ ਦਿੱਤਾ ਕਿ ਦਸਾਂ ਨੋਹਾਂ ਦੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਜੇ ਅੱਜ ਅਸੀਂ ਇਸ ਸਮੇਂ ਦੇ ਉੱਤੇ ਜਦੋਂ ਸੰਘਰਸ਼ ਕਰ ਰਹੇ ਹੁਣ ਕਿਸਾਨ ਜੇ ਉੱਥੋਂ ਅਸੀਂ ਸੁਨੇਹਾ ਲੈ ਕੇ ਆਵਾਂਗੇ ਸਾਡੇ ਮਨ ਵਿੱਚ ਕੋਈ ਨਾ ਕੋਈ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਏਗੀ ਤੇ ਅਸੀਂ ਚੰਗੀ ਕਿਰਤ ਕਰ ਸਕਾਂਗੇ ਨਾਮ ਜਪਾਂਗੇ ਤੇ ਵੰਡ ਕੇ ਛਕ ਸਕਾਂਗੇ ਗੁਰੂ ਅੰਦਾਜ਼ ਜੀ ਦਾ ਆਧਾਰ ਹੈ ਜੀ ਗੁਰਪੁਰਬ ਕੀ ਤਿਆਰੀਆਂ ਚ ਧੰਗੂ ਗੁਰੂ ਰਾਮਦਾਸ ਜੀ ਦੀਆਂ ਦੇਖੋ ਜੀ ਉਹਦੇ ਬਖਸ਼ਾ ਰੋਜ਼ ਇਹ ਸੀ ਲੰਨੇ ਤਨਗੁਰ RAMDAS ji ਦੇ ਦਰਬਾਰ ਤੇ ਹਰ ਸਿੱਖ ਹਰ ਨਾਨਕ ਨਾਮ ਲੈ ਵਾ ਰੋਜ਼ ਮੱਥਾ ਟੇਕਦਾ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਦੋਂ ਹੁੰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਤੇ ਸਿੱਖ ਸੰਸਥਾਵਾਂ ਵੱਲੋਂ ਸਿੱਖ ਕੌਮ ਵੱਲੋਂ ਬਹੁਤ ਹੀ ਸ਼ਰਧਾਸਤਕਾਰ ਦੇ ਨਾਲ ਇਹਦੇ ਸਮਾਗਮ ਕੀਤੇ ਜਾਂਦੇ ਆਂ ਔਰ ਬੜੇ ਸੋਹਣੇ ਢੱਕ ਦੇ ਨਾਲ ਉਸ ਥਾਂ ਦੀ ਸਜਾਵਟਾਂ ਕਰਕੇ ਸੰਗਤਾਂ ਦਾ ਅਰਦਾਸ ਕਰਾਂਗੇ ਕਿ ਉਹਦੇ ਚਰਨਾਂ ਵੀ ਸੱਚੇ ਪਾਤਸ਼ਾਹ ਉਸ ਦਿਹਾੜੇ ਨੂੰ ਅਸੀਂ ਬੜੇ ਚਾਅ ਨਾਲ ਤੇ ਸ਼ਰਧਾ ਨਾਲ ਮਨਾਈਏ ਔਰ ਸਿੱਖ ਸੱਜਣਾਂ ਉਮੜ ਕੇ ਆ ਕੇ ਤਨਗੁਰ RAMDAS ਜੀ ਦੀਆਂ ਬਖਸ਼ਾ ਲੈ ਸਕਣ আবাজ কোম টিভিলে অমৃতসর লালি শর্মা রিপোর্ট